ਦੀ ਰਿਹਾਈ ਲਈ ਲੱਗੇ ਮੋਰਚੇ ਦੇ ਵਿੱਚ ਹਰ ਵਰਗ ਤੇ ਹਰ ਸ਼ਖਸੀਅਤ ਆਪਣਾ ਯੋਗਦਾਨ ਪਾ ਰਹੀ ਹੈ। ਆਪਣੀ ਆਪਣੀਆਂ ਸਵਾਵਾਂ ਅਲੱਗ ਅਲੱਗ ਜਥੇ ਵੀ ਨਿਭਾ ਰਹੇ ਨੇ। ਸੋ ਇਸੇ ਤਰ੍ਹਾਂ ਸਾਡੇ ਨਾਲ ਮੌਜੂਦ ਹਨ ਖਾੜਕੂ ਸੰਘਰਸ਼ ਦੇ ਅਹਿਮ ਉਹ ਮੌਂਡੀ ਜਰਨੈਲ ਪੰਥਕ ਕਮੇਟੀ ਜੋ ਖਾੜਕੂ ਸਿੰਘਾਂ ਦੀ ਇੱਕ ਮੋਢੀ ਧਿਰ ਸੀ, ਉਹਨਾਂ ਦੇ ਮੁੱਢਲੇ ਜੋ ਮੈਂਬਰ ਸਨ ਭਾਈ ਇੰਦਰਜੀਤ ਸਿੰਘ ਜੀ ਰਤਨਗੜ੍ਹ ਜੋ ਸ਼ਹੀਦੀ ਪਾ ਜਾਂਦੇ ਨੇ, ਉਹਨਾਂ ਦੇ ਭਰਾ ਜਗਜੀਤ ਸਿੰਘ ਜੀ ਰਤਨਗੜ੍ਹ ਉਹ ਵੀ ਪਹਿਲੇ ਦਿਨ ਤੋਂ ਹੀ ਇੱਥੇ ਮੌਜੂਦ ਨੇ, ਲਗਾਤਾਰ ਹਾਜ਼ਰੀਆਂ ਭਰ ਰਹੇ ਨੇ ਧਰਮ ਦੇ ਵਿੱਚ ਗੱਲਬਾਤ। ਕਿਉਂਕਿ ਬੰਦੀ ਸਿੰਘਾਂ ਦੇ ਜੋ ਦੁੱਖ ਨੇ, ਜੋ ਸ਼ਹੀਦ ਪਰਿਵਾਰ ਨੇ ਉਹ ਸਭ ਤੋਂ ਪਹਿਲਾਂ ਜਾਣਦੇ ਨੇ, ਜਿੰਨਾ ਸੇਕ ਉਹਨਾਂ ਨੂੰ ਲੱਗਾ ਉਹ ਅਸੀਂ ਜੋ ਪੀੜ ਹੰਢਾ ਚੁੱਕੇ ਨੇ ਉਹਨਾਂ ਕੋਲੋਂ ਹੀ ਜਾਣ ਸਕਦੇ ਹਾਂ। ਠੀਕ ਹੈ, ਦਰਦ ਹਰ ਇੱਕ ਦੇ ਅੰਦਰ ਹੈ, ਜਿੰਨੀਆਂ ਵੀ ਕੋਈ ਸਵਾਵਾਂ ਨਿਭਾ ਰਹੇ ਨੇ ਸਭ ਦੀ ਏਕਤਾ ਦੇ ਨਾਲ ਇਹ ਬੰਦੀ ਸਿੰਘ ਬਾਹਰ ਆਉਣ ਅਤੇ ਅੱਜ ਅਹਿਮ ਸਮੇਂ ਦੀ ਮੁੱਖ ਮੰਗ ਇਹ ਵੱਲੋਂ ਜੋ ਪੱਕਾ ਮੋਰਚਾ ਚੰਡੀਗੜ੍ਹ ਵਿਖੇ ਲਗਾਇਆ ਗਿਆ। ਭਾਈ ਰਤਨਗੜ੍ਹ ਜੀ, ਅਸੀਂ ਦੇਖ ਰਹੇ ਹਾਂ ਕਿ ਤੁਸੀਂ ਸਵਾਵਾਂ ਨਿਭਾ ਰਹੇ ਹੋ ਪਹਿਲੇ ਦਿਨ ਤੋਂ, ਅਤੇ ਜਿਵੇਂ ਕਿ ਸ਼ਹੀਦ ਪਰਿਵਾਰ ਦੇ ਵਿੱਚੋਂ ਤੁਸੀਂ ਅਤੇ ਜਿਹੜੇ ਸ਼ਹੀਦ ਪਰਿਵਾਰ ਨੇ, ਜਿਵੇਂ ਹੁਣ ਠੀਕ ਹੈ ਕੌਮ ਦੇ ਆਗੂ ਇਹ ਲੜਾਈ ਲੜ ਰਹੇ ਨੇ, ਅਸੀਂ ਸੋਚਦੇ ਹਾਂ ਕਿ ਉਹਨਾਂ ਨੂੰ ਬਹੁਤ ਅੱਗੇ ਰੱਖਿਆ ਜਾਣਾ ਚਾਹੀਦਾ। ਜਿੰਨੇ ਵੀ ਸ਼ਹੀਦ ਪਰਿਵਾਰ ਨੇ, ਜਿਵੇਂ ਤੁਸੀਂ ਵੀ ਆ ਕੇ ਇੱਥੇ ਸੇਵਾ ਨਿਭਾ ਰਹੇ ਹੋ, ਲੋੜ ਹੈ ਕਿ ਉਹਨਾਂ ਦਾ ਵੀ ਅਸਰ, ਕਿਉਂਕਿ ਜਿਹੜਾ ਤੁਹਾਡੇ ਅੰਦਰ ਦਾ ਜਜ਼ਬਾ, ਤੁਸੀਂ ਪੀੜ ਹੱਡੀ ਹੰਢਾਈ ਹੈ, ਤੁਸੀਂ ਦੇਖਿਆ ਇਹ ਸਾਰਾ ਕੁਝ, ਅਤੇ ਉਹਨਾਂ ਦਾ ਅਸਰ ਹੋਰਨਾਂ ਲੋਕਾਂ 'ਤੇ ਵੀ ਬਹੁਤ ਪਵੇਗਾ। ਕੌਮ ਪੂਰੇ ਜਜ਼ਬੇ ਨਾਲ ਲੜ ਰਹੀ ਹੈ, ਤੁਸੀਂ ਇਸ ਮੋਰਚੇ ਦੇ ਬਾਰੇ ਕੀ ਆਪਣੇ ਪੱਖ ਰੱਖਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਤੱਕ ਪੀੜਾਂ ਦਾ ਸੰਬੰਧ ਹੈ, ਇਹ ਜਿਹੜੇ ਖਾੜਕੂ ਹੈ ਇਹ ਇਕੱਲੇ ਆਪ ਅੰਦਰ ਇਸ ਨੌਬਤ ਨੂੰ ਵੀ ਪਹੁੰਚ ਕੇ ਹੁਣ ਇਹ ਸਬੱਬ ਬਣਿਆ। ਮੇਰੀ ਤਾਂ ਬੇਨਤੀ ਹੈ ਵੀ ਸਾਰੇ ਸਿੱਖ ਕੌਮ ਸਾਰੀਆਂ ਗੱਲਾਂ ਛੱਡ ਕੇ ਇੱਥੇ ਇੱਕਜੁੱਟ ਹੋ ਕੇ ਸਾਰੇ ਮਤਭੇਦ ਭੁਲਾ ਕੇ, ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਜੋ ਵੀ ਕੋਈ ਆਉਂਦਾ, ਸਿਆਣੇ ਕਹਿੰਦੇ ਨੇ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਹਦੀ ਜਿੰਨੀ ਵੀ ਉਹ ਕਰਦਾ ਹੈ, ਜੇ ਇੱਥੇ ਹਾਂ ਦਾ ਨਾਰਾ ਮਾਰੂਗਾ, ਜੇ ਬਾਹਰ ਜਾ ਕੇ ਉਹ ਫਿਰ ਗਲਤ ਮਲਤ ਬੋਲੂਗਾ ਤਾਂ ਲੋਕ ਉਦੋਂ ਆਪ ਪੁੱਛਣਗੇ। ਸੋ ਸਾਨੂੰ ਹਰੇਕ ਨੂੰ ਸਤਿਕਾਰ ਦੇ ਕੇ ਇਹ ਜਿਹੜਾ ਮੁੱਦਾ ਹੈ ਪਹਿਲ ਕੇ ਇੱਕੋ ਇੱਕ ਨਾਰਾ ਵੀ ਜਿਹੜੇ ਬੰਦੀ ਸਿੰਘ ਹੈ ਇਹਨਾਂ ਨੂੰ ਰਿਹਾ ਕਰੋ, ਕਿਉਂਕਿ ਇਹ ਅਸਲ ਕੇਸ ਹੈ। ਅਸੀਂ ਤਾਂ ਇਸ ਗੱਲ 'ਤੇ ਵੀ ਹਾਮੀ ਹੈ, ਜੋ ਸਿੱਖ ਕੌਮ ਹੈ ਵੀ ਕਿਸੇ ਵੀ ਕੌਮ ਦਾ ਹੋਵੇ, ਜੋ ਕਾਨੂੰਨ ਨੇ ਸਜ਼ਾ ਦੇਤੀ ਉਦੋਂ ਬਾਅਦ ਉਹਦੇ ਨਾਲ ਜ਼ਿਆਦਤੀ ਕਰਨੀ ਉਹ ਵੀ ਗੈਰ ਕਾਨੂੰਨੀ ਹੈ, ਉਹਨਾਂ 'ਤੇ ਵੀ ਕੇਸ ਬਣਨਾ ਹੈ। ਮਨੁੱਖੀ ਅਧਿਕਾਰਾਂ ਦਾ ਮਾਮਲਾ, ਹਾਂ ਮਨੁੱਖੀ ਅਧਿਕਾਰਾਂ ਦਾ ਉਹ ਹੈ ਜਿਹੜਾ ਇਹਨੂੰ ਤੁਸੀਂ ਉਹ ਰੱਖਦੇ ਹੋ, ਜਦਕਿ ਹਿੰਦੁਸਤਾਨ ਆਪਣੇ ਅਲੰਬਰਦਾਰ ਬਣਦਾ ਹੈ। ਇਹ ਸਰਾਸਰ ਉੱਤੇ ਜਿਹੜੀ ਗੱਲ ਹੈ ਉਲਟ ਹੈ, ਉਲਟ ਜਾ ਰਹੀ ਹੈ ਜੀ। ਬਿਲਕੁਲ ਜਿਵੇਂ ਤੁਸੀਂ ਕਿਹਾ ਹੈ, ਅਤੇ ਮਤਭੇਦ ਮਿਟਾ ਕੇ ਇੱਕੇ ਦੇ ਨਾਲ ਲੜਨਾ ਚਾਹੀਦਾ, ਪਰ ਜਿੱਥੇ ਸਾਨੂੰ ਨੌਜਵਾਨ ਵੀ ਮਿਲੇ ਨੇ ਉਹਨਾਂ ਦਾ ਕਹਿਣਾ ਕਿ ਜੋ ਹਾਲਾਤ ਬਣੇ ਨੇ ਸਾਡੀ ਆਪਣੀ ਧਿਰ ਕਾਰਨ ਬਣੇ ਨੇ। ਅੱਜ ਸਾਡੀ ਕੋਈ ਸਿੱਖੀ ਦੀ ਫਿਰ ਗੱਲ ਕਰਨ ਵਾਲਾ ਨਹੀਂ ਕਿ ਉਹਨਾਂ ਦੇ ਕਾਰਨ ਹੀ ਇਹ ਕੁਝ, ਜੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ, ਬਰਗਾੜੀ ਦਾ ਮਾਮਲਾ, ਸਿਰਸੇਵਾਲ ਦਾ ਮਾਮਲਾ, ਵੀ ਉਹ ਵੀ ਸਾਡੇ ਅੱਗੇ ਸਵਾਲ ਉੱਥੇ ਖੜ੍ਹੇ ਨੇ। ਮੈਂ ਥੋੜ੍ਹੀਆਂ ਗੱਲਾਂ ਨਾਲ ਸਹਿਮਤ ਹਾਂ, ਹਰ ਮਾਮਲੇ ਜਿਹੜੇ ਅਹਿਮ ਹੈ, ਪਰ ਜਿਹੜਾ ਉਰੇ ਹੁਣ ਸਾਨੂੰ ਇੱਕ ਏਜੰਡਾ ਦੇਤਾ, ਹਰ ਆਪਾਂ ਇਕੱਠ ਕਰੀਏ ਉਹਦਾ ਏਜੰਡਾ ਬਣਾਇਆ ਜਾਂਦਾ, ਉਸ ਏਜੰਡੇ 'ਤੇ ਬਾਹਰ ਜਾ ਕੇ ਗੱਲ ਕਰ, ਕਿਉਂਕਿ ਜ਼ਿਆਦਾ ਪਹਿਲਾਂ ਵੀ ਉਹ ਗੱਲਾਂ ਏਜੰਡੇ 'ਚਾਉਂਦੀ ਹਾਂ, ਕਿਉਂਕਿ ਮੁੱਖ ਮਕਸਦ ਇਹ ਹੈ, ਕਿਉਂਕਿ ਇਹ ਸਾਡੇ ਸਰਵ ਪ੍ਰਵਾਨਤ ਲੀਡਰ ਹੈ, ਜਦੋਂ ਆ ਜਾਣਗੇ ਆਪੇ ਜਿਹੜੇ ਬਖਰੇਵਾਂ ਕਰਨਗੇ ਉਹ ਆਪੇ ਪਿੱਛੇ ਹਟ ਜਾਣਗੇ, ਕੌਮ ਇਕੱਠੀ ਹੋ ਜਾਊਗੀ, ਕੁਰਬਾਨੀ ਵਾਲੇ ਬੰਦੇ ਅੱਗੇ ਆ ਜਾਂ ਸੱਚ ਦੀ ਗੱਲ ਚੱਲੇਗੀ। ਤੁਸੀਂ ਹੁਣ ਕਿਵੇਂ ਕੋਈ ਪਾਰਟੀਬਾਜ਼ੀ ਤੋਂ ਅਜੇ ਹਟ ਕੇ ਬਿਲਕੁਲ ਇੱਥੇ ਹੀ ਬੈਠੇ ਜੋ ਸਮਾਵਾਂ ਨਿਭਾ ਰਹੇ ਹੋ, ਹੁਣ ਸਿਆਸਤ ਤੋਂ ਅਜੇ ਪਿੱਛੇ ਹੋ ਜਾਂ ਉਹ ਵੀ ਨਾਲ ਦੀ ਨਾਲ ਤੁਹਾਡੀਆਂ ਸਰਗਰਮੀਆਂ ਕਰ ਰਹੇ? ਮੈਂ ਕਿਸੇ ਸਿਆਸਤ ਵਿੱਚ ਵੀ ਨਹੀਂ ਵੈਸੇ ਗਿਆ, ਮੈਂ ਧਾਰਮਿਕ ਤੌਰ 'ਤੇ ਵਿਚਰ ਰਿਹਾ, ਮੈਂਬਰ ਦੇ ਤੌਰ 'ਤੇ ਵੀ ਮੈਂ ਆਪਣੀ ਆਵਾਜ਼ ਜਿਹੜੀ ਹੈ ਹਮੇਸ਼ਾ ਜਿਹੜੀ ਸੱਚ ਦੀ ਗੱਲ ਕਰਦਾ ਰਿਹਾ, ਭਾਵੇਂ ਕਿਤੇ ਵੀ ਹੋਵੇ। ਜਦੋਂ ਸਾਡੇ ਹੁੰਦੇ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਉਹਦੇ ਵਿੱਚ ਅਸੀਂ ਸਭ ਤੋਂ ਮੁੱਢਲੇ ਹਾਮੀ ਸੀਗੇ, ਉਹ ਇਸ ਕਰਕੇ ਸਾਡਾ ਮਤਬਲ ਹੈ ਵੀ ਜਿਹੜਾ ਸੱਚਾ ਬੰਦਾ ਹੈ, ਕੁਰਬਾਨੀ ਵਾਲਾ ਬੰਦਾ ਹੈ, ਉਹਨੂੰ ਉਹ ਧਾਰਮਿਕ ਤੌਰ 'ਤੇ ਜਿਹੜੀਆਂ ਜ਼ਿੰਮੇਵਾਰੀਆਂ ਉਹ ਸੌਂਪਣੀਆਂ ਚਾਹੀਦੀਆਂ ਅਤੇ ਉਹਨੂੰ ਯਾਦ ਹੋਣਾ ਚਾਹੀਦਾ। ਬਿਲਕੁਲ ਜੀ, ਸਹੀ ਗੱਲ ਤੁਸੀਂ ਦਿੱਤੀ ਹੈ, ਅਤੇ ਅਸੀਂ ਚਾਹੁੰਦੇ ਜਿੰਨੇ ਦਰਸ਼ਕ ਦੇਖ ਰਹੇ ਹੋ ਕਿ ਭਾਈ ਇੰਦਰਜੀਤ ਸਿੰਘ ਰਤਨਗੜ੍ਹ ਉਹਨਾਂ ਬਾਰੇ ਵੀ, ਉਹਨਾਂ ਦੀ ਜੀਵਨੀ ਬਾਰੇ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਵੀ ਜ਼ਰੂਰ ਚਾਨਣਾ ਪਾਇਓ। ਇੰਦਰਜੀਤ ਸਿੰਘ ਮੇਰੇ ਤੋਂ ਛੋਟਾ ਸੀ, ਮੈਂ ਤਾਂ ਉਦੋਂ ਬਾਹਰ ਰਹਿੰਦਾ ਸੀ, ਇਹ ਜਦੋਂ 86 ਵਿੱਚ ਸਰਬੱਤ ਖਾਲਸਾ ਹੋਇਆ, ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਉਹ ਜਥੇਦਾਰ ਬਣਾਏ ਗਏ, ਪੰਜੋ ਬਦਲੇ ਗਏ, ਉਦੋਂ ਫਿਰ ਖਾਲਤਾਨ ਦਾ ਵੀ ਹੋਇਆ, ਫਿਰ ਬਰਨਾਲੇ ਦੇ ਟਾਈਮ 'ਚ ਪਾਵ
86 ਵਿੱਚ ਮੇਰਾ ਪਾਸਪੋਰਟ ਵੀ ਲੈ ਗਏ। ਉਹ ਠਾਣੇਦਾਰ ਜਿਹੜਾ ਪਾਸਪੋਰਟ ਲੈ ਗਿਆ ਸ਼ੂਗਰ ਮਿਲ 'ਚ ਮਾਰਿਆ ਗਿਆ। ਉਹ ਤੋਂ ਬਾਅਦ ਫਿਰ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ, ਕਿਉਂਕਿ ਜਬੇ ਬਾਣ ਲੱਗ ਗਿਆ ਤਵੇ ਰੋਸ ਜਾ ਕੇ ਉਹ ਗੱਲ ਹੋਈ ਅਤੇ ਉੱਥੋਂ ਫਿਰ ਇਲੈਕਸ਼ਨ ਆ ਗਈਆਂ ਤੋਂ ਬਣਾਇਆ ਗਿਆ। ਉਹ ਤੋਂ ਅੱਜ ਤੱਕ ਮੈਂ ਇਸੇ ਗੱਲ 'ਚ ਹੈ ਵੀ ਜਿਹੜੀਆਂ ਜਾਤੀਆਂ ਹੋਈਆਂ ਸਿੱਖ ਕੌਮ ਨਾਲ ਇਹ ਗਲਤ ਹੈ, ਜਦਕਿ ਕੌਮ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ।